ਸਤਿਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸੰਧਿਆ ਵੇਲੇ ਦੇ ਇਹ ਸਤਸੰਗ ਦੀਵਾਨ ਅੰਦਰ ਗੁਰੂ ਦਰਬਾਰ ਦੇ ਵਿੱਚ ਪਹੁੰਚ ਕੇ ਆਪਾਂ ਸਾਰੇ ਆਪਣੀ ਹਾਜ਼ਰੀ ਲਵਾ ਰਹੇ ਹਾਂ। ਸੰਧਿਆ ਵੇਲੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕੀਰਤਨ ਸਰਵਣ ਕੀਤਾ, ਥੋੜ੍ਹਾ ਜਿਹਾ ਸਮਾਂ ਆਪਾਂ ਸਤਸੰਗ ਦੇ ਵਿੱਚ ਬਤੀਤ ਕਰਨਾ ਹੈ। ਸਤ ਸੰਗਤ ਕੈਸੀ ਜਾਣੀ ਹੈ, ਇਹਦੀ ਨਿਸ਼ਾਨੀ ਕੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਕੇਵਲ ਅਤੇ ਕੇਵਲ ਨਾਮ ਨਾਲ ਜੁੜਿਆ ਜਾਵੇ ਉਹ ਸਤਸੰਗਤ ਹੈ। ਭਾਗਾਂ ਵਾਲੇ ਹਨ ਜਿਹੜੇ ਇੰਨੀਆਂ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ, ਕਿਉਂਕਿ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਸਤਸੰਗ ਨਹੀਂ ਲੱਭਦਾ ਅਤੇ ਸਤਸੰਗਤ ਤੋਂ ਬਗੈਰ ਮੈਲ ਪੈ ਜਾਂਦੀ। ਮੈਲ ਤਾਂ ਕਿੰਨੇ ਜਨਮਾਂ ਦੀ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਬਹੁਤ ਇਹ ਨੂੰ ਮੈਲ ਲੱਗੀ ਹੈ ਅੰਤਸ਼ਕਰਨ ਦੇ ਉੱਤੇ, ਕਿਉਂਕਿ ਅੰਤਸ਼ਕਰਨ ਮਨ ਬੁੱਧ ਚਿੱਤ ਅਹਿਮ ਭਾਵ ਦਾ ਜੋੜ ਹੈ ਅਤੇ ਉਸ ਦੇ ਵਿੱਚ ਸਾਨੂੰ ਪਰਮਾਪੇ ਦੇ ਦਰਸ਼ਨ ਨਹੀਂ ਹੋ ਰਹੇ। ਅਤੇ ਜਦੋਂ ਇਸ ਤਰ੍ਹਾਂ ਦੇ ਨਾਲ ਸਤਸੰਗ ਕਰਦੇ ਹਾਂ, ਗੁਣ ਗਾਵਤ ਤੇਰੀ ਉਤਰਤ ਸਮੈਲ, ਉਹ ਮੈਲ ਉਤਰਦੀ ਹੈ। ਬਿਨ ਸਜਾਏ ਹੋਮੈ ਬਿਖ ਫੈਲ, ਸਤਸੰਗ ਦੇ ਵਿੱਚ ਨਾਮ ਨਾਲ ਜੁੜਿਆ ਜਾਂਦਾ। ਆਪਾਂ ਸ਼ਬਦ ਪੜ੍ਹਿਆ ਹੈ ਕਿ ਭਾਵੇਂ ਹੋਰ ਕਰਮ ਕਰਦੇ ਹੋ ਇੰਨੇ ਫਲਦਾਇਕ ਨਹੀਂ ਜਿੰਨਾ ਸਤਸੰਗ ਦਾ ਫਲ ਹੈ। ਕਬੀਰ, ਏਕ ਘੜੀ ਆਦੀ ਘੜੀ ਆਦੀ ਹੋਂ ਤੇ ਆਦ, ਭਗਤਨ ਸੀਤੀ ਗੋਸਟੇ ਜੋ ਕੀਨੋ ਸੋ ਲਾਭ। ਇਹਦਾ ਲਾਭ ਹੀ ਲਾਭ ਹੁੰਦਾ ਹੈ ਇੱਕ ਘੜੀ ਸਾਢੇ ਚੌਵੀ ਮਿੰਟ ਦੀ। ਆਪਾਂ ਦੋ ਘੜੀਆਂ ਸਤਸੰਗ ਕਰਨਾ ਹੈ ਅਤੇ ਇਹਦੇ ਨਾਲ ਅਤਰੰਗ ਸਾਧਨ ਦਾ ਪਤਾ ਲੱਗਦਾ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਉਹ ਨਾਮ ਜਿਹੜੇ ਨੂੰ ਅਸੀਂ ਲੱਭਦੇ ਹਾਂ, ਬਾਹਰ ਤਾਂ ਕੋਈ ਦੇ ਨਹੀਂ ਸਕਿਆ ਨਾ ਕੋਈ ਦਿੰਦਾ ਹੈ, ਨਾਮ ਤਾਂ ਅੰਦਰੋਂ ਮਿਲਦਾ ਹੈ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਇਹ ਨਾਮ ਨਾਲ ਜੋੜਦੀ ਹੈ। ਸਰੀਰ ਜਿਹੜਾ ਹੁੰਦਾ ਉਹ ਕਦੇ ਗੁਰੂ ਨਹੀਂ, ਜੇ ਦੇਹ ਵੀ ਗੁਰੂ ਧਾਰਨ ਕੀਤੀ ਤਾਂ ਜਿਹੜੀ ਬਾਣੀ ਆਈ ਧੁਰਗੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉਹ ਗੁਰੂ ਹੈ। ਅਤੇ ਐਸਾ ਗੁਰੂ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ, ਉਹ ਗੁਰੂ ਤੋਂ ਮੰਤਰ ਮਿਲਦਾ ਹੈ। ਸਾਡੇ ਇਸ ਘਰ ਦਾ ਮੰਤਰ ਹੈ ਵਾਹਿਗੁਰੂ, ਗੁਰਮੰਤਰ ਹੈ ਜਪ ਹੋਮੇ ਖੋਈ। ਇਹਦੇ ਨਾਲ ਹੋਮੇ ਦਾ ਨਾਸ ਹੁੰਦਾ ਹੈ ਇਹ ਮੰਤਰ ਦੀ ਕਮਾਈ ਕਰਕੇ, ਕਿਉਂਕਿ ਕਮਾਈ ਵਾਲੇ ਜਦੋਂ ਪੰਜ ਪਿਆਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਪ੍ਰੈਕਟੀਕਲ ਰੂਪ ਦੇ ਵਿੱਚ ਮੰਤਰ ਦਿੰਦੇ ਨੇ, ਮੂਲ ਮੰਤਰ ਗੁਰਮੰਤਰ, ਉਹਦੀ ਕਿਵੇਂ ਕਮਾਈ ਕਰਨੀ ਹੈ ਇਹ ਸਤਸੰਗ ਤੋਂ ਪਤਾ ਲੱਗਦਾ ਹੈ, ਕਿਉਂਕਿ ਉਹ ਨਾਮ ਤੱਕ ਪਹੁੰਚਾਉਣ ਦਾ ਇਹ ਸਾਧਨ ਹੈ।
ਤੇ ਜਿੱਥੇ ਅੰਦਰ ਨਾਮ ਹੈ ਸਤਿਗੁਰ ਜੀ ਨੇ ਨਿਸ਼ਾਨੀ ਦੱਸ ਦਿੱਤੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉੱਥੋਂ ਦੀ ਨਿਸ਼ਾਨੀ ਕੀ ਹੈ? ਸੁਨ ਸਵਾਦ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਵਿਸਮਾਦ। ਐਸਾ ਇਹ ਆਨੰਦ ਬਣ ਜਾਂਦਾ ਹੈ ਜਦੋਂ ਅਸੀਂ ਉਸ 'ਚ ਅਸਥਿਤ ਹੋ ਜਾਂਦੇ ਹਾਂ। ਉਹਨੂੰ ਸੋ ਘਰ ਵੀ ਕਿਹਾ ਹੈ, ਥਿਰ ਘਰ ਵੀ, ਉਸ ਦੇ ਵਿੱਚ ਸਥਿਰ ਹੋਣ ਵਾਸਤੇ ਵੀ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ। ਇਸ ਕਰਕੇ ਸਤਸੰਗ ਦੇ ਵਿੱਚ ਬੈਠ ਕੇ ਨਾਮ ਨਾਲ ਜੁੜਿਆ ਜਾਂਦਾ ਹੈ। ਬਾਕੀ ਕਰਮ ਇੰਨੇ ਫਲਦਾਇਕ ਨਹੀਂ ਜਿੰਨਾ ਸਤਸੰਗਤ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਸਤਸੰਗ ਦੇ ਵਿੱਚ ਲਾਭ ਲੈਣ ਵਾਸਤੇ ਆਪਾਂ ਪਹੁੰਚੇ ਹਾਂ, ਆਓ ਇਹਦਾ ਫਲ ਪ੍ਰਾਪਤ ਕਰੀਏ। ਵਾਰੀ ਆਉਣ 'ਤੇ ਸ਼ਬਦ ਵਿੱਚ ਬੋਲੀਏ, ਜੋ ਸ਼ਬਦ ਦੀ ਵਿਆਖਿਆ ਰੂਪ ਸਲ ਰੂਪ ਦੇ ਵਿੱਚ ਜੋ ਅੰਤਰੀ ਭਾਵ ਹੁੰਦਾ ਹੈ ਉਹ ਧਾਰਨਾ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜਿਹਦੇ ਨਾਲ ਸਾਰਾ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਵੇਂ ਨਾਮ ਨਾਲ ਜੁੜਨਾ ਹੈ। ਅਤੇ ਇਹ ਨਾਮ ਸਾਰਿਆਂ ਤੋਂ ਅਮੋਲ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਆਓ ਸਾਰੇ ਬਾਰੀ ਆਉਣ 'ਤੇ ਗੱਜ ਵੱਜ ਕੇ ਬੋਲੀਏ। ਮੈਨੂੰ ਕੋਈ ਦਾ ਵਾਹਿਗੁਰੂ ਮੰਤਰ, ਮੈਨੂੰ ਕੋਈ ਦਾ Thank you.
ਸੰਸਾਰ ਦੀ ਹਾਲਾਤ ਕੀ ਹੈ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਕਿਉਂਕਿ ਐਸਾ ਪੋਲਿਊਸ਼ਨ ਹੋ ਗਿਆ, ਇਹ ਪੋਲਿਊਟਡ ਹੋ ਗਿਆ ਐਟਮੋਸਫੀਅਰ ਵਾਤਾਵਰਨ, ਕਿ ਇਹ ਬਹੁਤ ਹੀ ਐਸਾ ਸਾਰੇ ਪਾਸੇ ਜੋ ਜਲਵਾਯੂ ਹੈ, ਪਾਣੀ ਵੀ ਪਲਿਊਟ ਹੋ ਗਿਆ, ਹਵਾ ਵੀ, ਇਸ ਕਰਕੇ ਰੋਗੀ ਹੋ ਗਏ, ਮੰਤਰ ਨੂੰ ਭੁੱਲ ਗਏ ਜਿਹੜਾ ਨਿਰੋਗ ਕਰਨ ਵਾਲਾ। ਅਤੇ ਦੂਸਰੇ ਪਾਸੇ ਦੁੱਖ ਦੇਖੋ, ਨਾਨਕ ਦੁਖੀਆ ਸਭ ਸੰਸਾਰ, ਇਹ ਸਾਰਾ ਸੰਸਾਰ ਹੀ ਦੁਖੀ ਹੈ। ਆਮ ਇਨਸਾਨ ਸੋਚਦਾ ਹੈ ਕਿ ਮੈਂ ਦੁਖੀ ਹਾਂ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਅੱਗ। ਐਸੀ ਇਹ ਸਾਰੇ ਕੋਈ ਨਹੀਂ ਕਹਿ ਸਕਦਾ ਕਿ ਮੈਂ ਸੁਖੀ ਹਾਂ, ਭਾਵੇਂ ਸੁੱਖ ਦੇ ਸਾਧਨ। ਇਹ ਮੈਟਰ ਦਾ ਯੁੱਗ ਹੈ, ਮੈਟਰ ਕਹਿੰਦੇ ਨੇ ਪ੍ਰਕਿਰਤੀ ਨੂੰ। ਪ੍ਰਕਿਰਤੀ ਦੇ ਵਿੱਚ ਹੁਣ ਕਿੰਨੇ ਸੁੱਖ ਅਸੀਂ ਦੇਖਣ ਨੂੰ ਦੇਖ ਰਹੇ ਹਾਂ, ਪਰ ਸਾਰੇ ਆਪੋ ਆਪਣੇ ਅੰਦਰ ਝਾਤੀ ਮਾਰੀਏ ਕਿ ਕਿੰਨੇ ਕੁ ਅਸੀਂ ਸੁਖੀ ਹਾਂ। ਸੁੱਖ ਤਾਂ ਨਾਮ ਦੇ ਵਿੱਚ ਹੈ, ਪ੍ਰਕਿਰਤੀ ਦੀ ਹਿਲਜੁਲ ਹੈ, ਇਸ ਦੇ ਉਹ ਪ੍ਰਕਾਸ਼ ਪੈਂਦਾ ਹੈ, ਚੇਤਨ ਕਲਾ ਵਰਤਦੀ ਹੈ, ਉਹ ਪਰਮੇਸ਼ਰ ਦੀ ਇਹ ਖੇਡ ਹੋ ਰਹੀ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਤੇ ਇਸ ਖੇਡ ਦੇ ਵਿੱਚ ਇਨਸਾਨ ਹੋਂ ਦੇ ਅਧੀਨ ਕਰਮ ਕਰਦਾ ਹੋਇਆ ਇਹ ਫਸ ਜਾਂਦਾ ਹੈ ਕਿ ਮੈਂ ਕਰਦਾ ਹਾਂ। ਜਬ ਲਗ ਜਾਣੇ ਮੈਂ ਕਿਸ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਉਹ ਪੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ। ਕਿਉਂਕਿ ਸਤਸੰਗ ਦੇ ਵਿੱਚ ਆ ਕੇ ਹੀ ਸੋਝੀ ਮਿਲਦੀ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਉਹ ਇਸ ਤਰ੍ਹਾਂ ਦੇ ਨਾਲ
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸਮਤ ਸਾਧੂ ਤੇ ਪਾਈ। ਉਹ ਸਾਰਿਆਂ ਦੇ ਵਿੱਚ ਰਵ ਰਿਹਾ ਰਮਿਆ ਹੋਇਆ ਪਰਮੇਸ਼ਰ ਉਹਨੂੰ ਦੇਖ ਦੇਖ ਕੇ ਪੇਖ ਪੇਖ ਨਾਨਕ ਵਿਕਸਾਈ ਖੁਸ਼ੀ ਮਿਲਦੀ ਹੈ। ਰਵ ਰਿਹਾ ਸਰਵਤਰ ਮੈਂ ਉਹ ਸਾਰਿਆਂ ਦੇ ਵਿੱਚ ਰਮਿਆ ਹੈ ਤੇ ਜਦੋਂ ਉਹਨੂੰ ਦੇਖਦੇ ਹਾਂ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ। ਫਿਰ ਸਾਰੇ ਉਹੀ ਨਜ਼ਰ ਆਉਂਦਾ ਹੈ ਖੇਡ ਹੋ ਰਹੀ ਹੈ। ਇਹ ਸਤਸੰਗ ਦੇ ਵਿੱਚ ਆ ਕੇ ਪਤਾ ਲੱਗਦਾ ਹੈ, ਨਹੀਂ ਤਾਂ ਅਸੀਂ ਭੁੱਲੇ ਹੀ ਰਹਿੰਦੇ ਹਾਂ, ਸੁੱਤੇ ਹੀ ਰਹਿੰਦੇ ਹਾਂ। ਅਗਿਆਨ ਦੀ ਨੀਂਦ ਐਸੀ ਹੈ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ। ਸਾਰੀ ਉਮਰ ਹੀ ਲੰਘ ਜਾਂਦੀ ਹੈ ਤਿੰਨ ਗੁਣਾਂ ਦੇ ਵਿੱਚ, ਰਾਜਗੁਣ ਤਮ ਗੁਣ ਤੇ ਸਤਗੁਣ। ਇਹ ਤਾਂ ਜਦੋਂ ਗਿਆਨ ਦੀ ਉਹ ਸੋਝੀ ਹੁੰਦੀ ਹੈ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਫਿਰ ਅਗਿਆਨ ਜਦੋਂ ਜਾਗ ਆ ਗਈ, ਗਿਆਨ ਜਾਗਰਤ ਅਵਸਥਾ ਆ ਗਈ, ਫਿਰ ਪਤਾ ਲੱਗਦਾ ਹੈ ਕਿ ਇਹ ਤਾਂ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਬਹੁਤੇ ਸਭ ਦੁਖੀ ਸੁਖੀ ਹਰ ਕੇ ਦਾਸ। ਕਿ ਸੁਖ ਤਾਂ ਸ਼ਾਂਤੀ ਤਾਂ ਨਾਮ ਦੇ ਵਿੱਚ ਹੈ, ਨਾਮ ਦੇ ਜਪਣ ਵਾਸਤੇ ਅਸੀਂ ਇੱਥੇ ਸੰਸਾਰ ਦੇ ਉੱਤੇ ਆਏ। ਪਰ ਕੀ ਹੋਇਆ, ਵਿੱਚੋਂ ਗਰਭੇ ਨਿਕਲ ਆਇਆ ਖਸਮ ਵਸਾਰ ਦੁਨੀ ਚਿੱਤ ਲਾਇਆ। ਤੇ ਜਦੋਂ ਅਸੀਂ ਨਾਮ ਨਾਲ ਨਹੀਂ ਜੁੜਦੇ, ਸਤਸੰਗ ਨਹੀਂ ਕਰਦੇ, ਅਤਰੰਗ ਸਾਧਨ ਨਹੀਂ ਕਰਦੇ, ਗੁਰਬਾਣੀ ਫਿਰ ਅਲੰਬ ਹੀ ਦਿੰਦੀ ਹੈ। ਇੱਕ ਨਹੀਂ, ਦਿਨ 'ਚ ਤਾਂ 100 ਅਲੰਬ ਆਉਂਦਾ ਹੈ, ਰਾਤੀ ਮਿਲੇ ਸਹੰਸ ਰਾਤ ਨੂੰ ਹਜ਼ਾਰਾਂ ਅਲੰਬੇ ਕਿਉਂ ਆਉਂਦੇ ਨੇ ਕਿ ਸਾਡਾ ਇਮਾਨ ਖਤਨ ਐਵੇਂ ਗਿਆ ਵਿਹਾਏ, ਲੰਘ ਗਿਆ ਸਮਾਂ, ਉਹ ਤਾਂ ਹੱਥ ਨਹੀਂ ਆਉਣਾ, ਆਉਣ ਵਾਲੇ ਦਾ ਪਤਾ ਨਹੀਂ। ਇਸ ਕਰਕੇ ਜੋ ਕਰਨਾ ਏ ਹੁਣੇ ਤੂੰ ਸ਼ੁਰੂ ਕਰ ਦੇ। ਚੇਤਨਾ ਹੈ ਤੂੰ ਚੇਤ ਲੈ ਬਾਣੀ ਯਾਦ ਕਰਾ ਰਹੀ ਹੈ ਕਿ ਤੂੰ ਯਾਦ ਕਰ, ਇਹ ਪ੍ਰਾਣੀ ਤੂੰ ਪ੍ਰਾਣ ਧਾਰੀ ਹੈ, ਸਵਾਸ ਦੇ ਨਾਲ ਨਾਮ ਜਪ, ਬਾਕੀ ਨੂੰ ਅਧਿਕਾਰ ਨਹੀਂ ਤੇ ਸਤਿਗੁਰ ਸਾਨੂੰ ਯਾਦ ਕਰਾ ਰਹੇ ਹੈ। ਸਮਾਂ ਲੰਘਦਾ ਜਾ ਰਿਹਾ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟੇ ਤਨ ਸੀਜੇ ਕਾਲ ਅਹੀਰੀ, ਹੇ ਪਦਕ ਜਿਉਂ ਕਹੋ ਕਲਨ ਵਿੱਚ ਕੀਜੇ। ਸਮਾਂ ਨਹੀਂ ਅੜੀਕਦਾ, ਇਹ ਤਾਂ ਠਹਿਰ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਸ ਕਰਕੇ ਹੁਣੇ ਕਰਨਾ ਸ਼ੁਰੂ ਕਰ ਜੋ ਕਰਨਾ ਹੈ। ਸਗਲ ਸੌਮਿਤ ਪ੍ਰਭ ਕਿਰਪਾ ਤੇ ਪ੍ਰਾਣੀ ਸੁਤੈ, ਇਸ ਕਰਕੇ ਤੂੰ ਹੁਣੇ ਕਰ ਜੋ ਕਰਨਾ ਹੈ। ਸਮੇਂ ਨੇ ਤੈਨੂੰ ਨਹੀਂ ਅੜੀਕਣਾ, ਸਮੇਂ ਦੀ ਸੰਭਾਲ ਕਰ, ਜੇ ਨਹੀਂ ਕਰਦਾ ਫਿਰ ਬਾਣੀ ਕਿੰਨੇ ਅਲੰਬ ਦੇ ਰਹੀ ਹੈ।
नाम की बेला फजर सिर पर चंगियाई आप करे बरियाई होए नानक अजकल आपसी गाफल आई है अजकल करद्या काल प्यापे होते नेड़े आया उस समा आ जांदा है फिर पछतावा ही रह जाता है इस करके बाणी अलांबे दे रही है सौ अलांबे देने के राती मेरा सहंस क्यों क्योंकि सिर्फ सलाह छट के करंगी लगा हंस करदा की है खेत भरे पशुआ जो सोया ओवरवेट हो जाता है भार वध जाता है ओनू फिटकार बाणी पाती है कि तू इस तरह के नाल तेरा जीवन फिट मोड़ है फिटकार पैंदी है फिट अवेहा जीविया गर्द वांगू लाहे पेट धोती खोल दिशाए हेठ अज बीमारियां और लेंदियां हन ये एक करके ए ना हो दो अल्पाहार सुख से निंद्रा दया समान तंत्री जैसा अन्न तैसा अन्न सतो गुणी विहार हुंदा सतो गुणी दे भोजन सके नहीं तो फिर फिटकार पैंदी है जो नाम के बिना सरकारा पैंदियां ने सारा समा साडा इस तरह लग जांदा है इस करके समय नो संभालिए समा चेंजेबल है बदलता है समा नाम ही तब्दीली का है सब कुछ बदल रहा है समा लंघ जाता बारह बरस बालपन बीते बीस बरस स्थापना की हो